ਵਿਦਿਆਰਥੀਆਂ ਦੀਆਂ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਤੇ ਇੱਕ ਦੂਜੇ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ। ਦਰਅਸਲ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇੱਕ ਧਿਰ ਦੇ ਕੋਲ ਪਿਸਤੌਲ ਸੀ ਅਤੇ ਪਿਸਤੌਲ ਦੇ ਨਾਲ ਵੀ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਇੱਕ ਸਕੂਲ ਦੇ ਬਾਹਰ ਇਹ ਆਪਸ ਦੇ ਵਿੱਚ ਦੋ ਵਿਦਿਆਰਥੀ ਗੁੱਟਾਂ ਦੇ ਵਿੱਚ ਤਕਰਾਰ ਹੋਈ ਹੈ। 10ਵੀਂ ਦੇ ਵਿੱਚ ਪੜ੍ਹਨ ਵਾਲਾ ਇੱਕ ਵਿਦਿਆਰਥੀ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਉੱਥੇ ਮੌਕੇ ਦੇ ਉੱਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸ਼ਰਿਆਂ ਨੌਜਵਾਨਾਂ ਦੇ ਵੱਲੋਂ ਇਹ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ, ਇੱਕ ਦੂਜੇ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਦੇਖਣ ਦੇ ਵਿੱਚ ਇਹ ਨੌਜਵਾਨ ਉਮਰ ਦੇ ਵਿੱਚ ਛੋਟੇ ਲੱਗ ਰਹੇ ਸੀ, ਪਰ ਜਿਸ ਹਿਸਾਬ ਦੇ ਨਾਲ ਇਹਨਾਂ ਦੇ ਵੱਲੋਂ ਤਲਵਾਰਾਂ ਚਲਾਈਆਂ ਗਈਆਂ ਨੇ ਉਹ ਇੱਕ ਦੂਜੇ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਨੇ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸ਼ਰੇਆਮ ਇੱਕ ਸਕੂਲ ਦੇ ਬਾਹਰ ਵਿਦਿਆਰਥੀਆਂ ਦੀਆਂ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਉੱਥੇ ਜ਼ਖਮੀ ਵਿਦਿਆਰਥੀ ਦੇ ਨਾਲ ਦੇ ਸਾਥੀ ਦਾ ਕਹਿਣਾ ਹੈ ਕਿ ਉਹ ਬਾਈਕ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੇ ਉਹਨਾਂ ਦਾ ਰਸਤਾ ਰੋਕਿਆ ਤੇ ਉਸਦੇ ਵਿੱਚੋਂ ਕੁਝ ਨੌਜਵਾਨ ਉਤਰਦੇ ਨੇ ਤੇ ਜੋ ਉਹ ਨੌਜਵਾਨ ਜ਼ਖਮੀ ਹੋਇਆ ਉਸਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਜਦੋਂ ਉਹ ਜ਼ਖਮੀ ਹਾਲਤ ਦੇ ਵਿੱਚ ਸੜਕ 'ਤੇ ਤੜਫਣ ਲੱਗਦਾ ਹੈ ਤਾਂ ਜਦੋਂ ਉਹਨਾਂ ਨੇ ਇਲਾਜ ਦੇ ਲਈ ਮੋਟਰਸਾਈਕਲ ਦੇ ਉੱਤੇ ਆਪਣੇ ਬਿਠਾਇਆ ਤਾਂ ਜਾਂਦੇ ਜਾਂਦੇ ਕਾਰ ਸਵਾਰਾਂ ਦੇ ਵੱਲੋਂ ਪਿੱਛੋਂ ਫਾਇਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤੇ ਹੁਣ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੜਾਈ ਉਹ ਜਿਹੜਾ ਸ਼ੈਟਨੀ MLM ਸਕੂਲ ਕੋਲ ਉੱਥੇ ਹੋਈ ਹੈ। ਇਹ ਅਸੀਂ ਜਾ ਰਹੇ ਸੀਗੇ, ਉਹਨਾਂ ਨੇ ਆਣ ਕੇ ਇਹਦੇ ਉੱਤੇ ਅਟੈਕ ਕਰ ਦਿੱਤਾ ਨਗੀਆਂ ਕਿਰਪਾਨਾਂ ਲੈ ਕੇ। ਉਹਨਾਂ ਕੋਲ ਪਿਸਟਲ ਵੀ ਸੀ, ਪਿਸਟਲ ਦਿਖਾਇਆ, ਇਹ ਜ਼ਖਮੀ ਹੋ ਗਿਆ ਸੀ, ਇਹਨੂੰ ਵਿੱਚ ਭਾਇਆ ਤੇ ਹਸਪਤਾਲ ਆ ਗਏ। ਉਹਨਾਂ ਨੇ ਪਿੱਛੋਂ ਪਿਸਟਲ ਕੱਢਣ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਸੀਗੀ। ਉਹ 10 ਜਾਂ 12 ਜਾਣੇ ਸੀਗੇ, ਅਸੀਂ 1, 2, 3 ਮੋਟਰਸਾਈਕਲ ਤੇ ਸੀ ਅਸੀਂ, ਉਹ ਸੈਂਟਰ 'ਚ ਬੈਠਾ ਸੀ ਸਾਡੇ। ਨਹੀਂ ਨਹੀਂ ਚਲਾਈ ਨਹੀਂ, ਵਿਖਾਇਆ ਹੀ ਸੀ। ਹਾਂਜੀ, ਲੜਾਈ ਦਾ ਕਾਰਨ ਇਹਨੂੰ ਹੀ ਪਤਾ ਸਾਨੂੰ ਨਹੀਂ, ਮੈਂ ਕਿਉਂਕਿ ਇਹਨਾਂ ਦੇ ਸਕੂਲ ਨਹੀਂ ਪੜ੍ਹਦਾ। ਸਕੂਲ ਦੇ ਸੀਗੇ, ਇਹਦੇ ਨਾਲ ਪੜ੍ਹਦੇ ਸੀਗੇ MLM। ਮੇਰਾ ਨਾਮ ਕਰਨਪ੍ਰੀਤ ਸਿੰਘ ਹੈ। ਠੀਕ ਸੀਗਾ, ਜਦੋਂ ਮੈਂ ਪੁੱਛ ਰਿਹਾ ਕਿਵੇਂ ਆ, ਉਦੋਂ ਹੱਥ ਲਾ ਰਿਹਾ ਕਿ ਠੀਕ ਹੈ ਮੈਂ। 16 ਸਾਲ, ਮੇਰੀ ਵੀ 16 ਸਾਲ ਹੀ ਹੈ। ਇਹ ਫਿਰੋਜ਼ਸ਼ਾਹ ਦਾ ਮੇਰੇ ਪਿੰਡ ਦਾ ਆ। ਹਾਂਜੀ, ਇਹ ਇਕੱਲਾ ਇਕੱਲਾ ਹੀ ਆ। ਨਾਮ ਉਹਦਾ ਚਾਹਤਪ੍ਰੀਤ ਸਿੰਘ। ਗੁਰਦੀਪ ਸਿੰਘ ਜੀ, ਕਿੱਥੋਂ ਰਹਿਣ ਵਾਲੇ ਹੋ? ਕਾਸ਼ੂਪਿੰਡ ਤੋਂ। ਕੀ ਹੋਇਆ ਕਿ ਇੱਥੇ ਤੁਸੀਂ ਕੀ ਦੇਖਿਆ? ਮੈਂ ਦੁੱਧ ਦਾ ਕੰਮ ਕਰਦਾ ਸੀ, ਮੈਂ ਜਾਣ ਡਿਆ ਸੀ, ਰੋਜ਼ ਜਵਾਕ ਸੀ, ਗਰੁੱਪ ਮੁੰਡੇ ਸਕੂਲੀ ਵਰਦੀ ਨੇ, ਉਹਨਾਂ ਵੀ ਦੂਜਾ ਚਿੱਟੀਆਂ ਸ਼ਲਟਾਂ ਅਤੇ ਕਾਲੀਆਂ ਪੈਂਟਾਂ ਪਾਈਆਂ ਹੋਈਆਂ। ਉਹ ਆਪਸ 'ਚ ਇੱਕ ਦੂਜੇ ਨੂੰ ਮੰਗਾ ਰਹੇ ਵੀ ਤੂੰ ਇੱਧਰ ਆ, ਤੂੰ ਇੱਧਰ ਆ। ਇੱਧਰਲੇ ਗਰੁੱਪ ਕੋਲ 2 ਪਿਸਤੌਲ ਸੀਗੇ ਨੰਗੇ ਜੀ। ਉਹ ਲੜਦੇ ਲੜਦੇ ਇੱਕ ਦੂਜੇ ਨੂੰ, ਉਹ ਮੁੰਡੇ ਜਦੋਂ ਆਰਮੋ ਸਾਹਮਣੇ ਕਿਰਪਾਨਾਂ ਚਲਾਈਆਂ, ਉਹ ਇੱਕ ਨੂੰ ਤਾਂ ਜਾਣਦੇ ਹੀ ਉਹਨਾਂ ਨੇ ਨਾਲ ਦੀ ਨਾਲ ਹੀ ਵੱਢ ਦਿੱਤਾ। ਦੂਜਿਆਂ ਦੇ ਪਿਸਤੌਲ ਵੇਖ ਕੇ ਭੱਜ ਗਏ, ਇੱਕ ਜਣਾ ਕਾਬੂ ਆ ਗਿਆ, ਮਾਰ ਮਾਰ ਕੇ ਉਹਨਾਂ ਨੇ ਮਾਰਤਾ ਮੁੰਡਾ ਜੀ। ਸਾਡੇ ਰੌਲਾ ਪਾਉਂਦਿਆਂ ਪਾਉਂਦਿਆਂ ਇੱਕ ਮਿੰਟ ਦੇ ਵਿੱਚ ਵੱਢ ਕੇ ਗਏ ਚਲੇ ਨੇ। ਕਿੱਧਰੋਂ ਭੱਜੇ ਨੇ ਕੋਈ ਪਤਾ? ਫਿਰੋਜ਼ਪੁਰ ਦਾ ਸਭ ਤੋਂ ਮਾੜਾ ਮੰਦਾ ਹਾਲ ਹੈ ਇਸ ਟਾਈਮ। ਫਿਰੋਜ਼ਪੁਰ ਦੇ ਵਿੱਚ ਕੋਈ ਐਡਾ ਮੰਦਾ ਹਾਲ ਹੈ, ਸਭ ਤੋਂ ਕ੍ਰਾਈਮ ਦੇ ਵਿੱਚ ਫਿਰੋਜ਼ਪੁਰ ਮਾੜੇ ਹਾਲਾਤ ਚੱਲਣ ਡਏ ਨੇ। ਇਹਨੂੰ ਇਹੋ ਜਿਹੇ ਨੂੰ ਕੀ ਦੱਸੋ? ਫਾਇਰ ਇੱਕ 12-13 ਸਾਲਾਂ ਦਾ ਜਵਾਕ ਇੱਕ ਮਿੰਟ ਦੇ ਵਿੱਚ ਵੱਢ ਕੇ ਸੁੱਟ ਦਿੱਤਾ, ਜਿਹੜੇ 12-13 ਸਾਲਾਂ ਦਾ। ਹਾਂਜੀ ਹਾਂਜੀ, ਵੱਧ ਤੋਂ ਵੱਧ 13 ਸਾਲ ਮੰਡੇ ਦੀ ਉਮਰ ਹੋਏਗੀ, ਸਕੂਲੀ ਬੱਚੇ ਨੇ। ਸਵਾਰ ਸਕੂਲੀ ਜਗ੍ਹਾ? ਹਾਂਜੀ ਹਾਂਜੀ। ਕਿੱਥੇ ਤੇ ਆ ਰਿਹਾ ਸਵਾਰ? ਇਹ ਆਪਸ 'ਚ ਉਧਰੋਂ ਇੱਕ ਵਰਨਾ ਗੱਡੀ ਸੀ, ਆ ਉਹਨਾਂ ਦੇ ਮੋਟਰਸਾਈਕਲ ਨੇ ਤਕਰਾਰ ਹੋਇਆ, ਜਿਹਦੇ ਵਿੱਚ ਚਰਨਪ੍ਰੀਤ ਸਿੰਘ ਦੀ ਜਿਹੜੀ ਆ ਸੱਟ ਲੱਗੀ ਹੈ, ਜਿਹੜਾ ਜੇਰੇ ਇਲਾਜ ਹੈ।
ਦੱਸਿਆ ਜਾ ਰਿਹਾ ਕਿ ਮੌਕੇ ਤੇ ਜਿਹੜੇ ਚੱਲਦੇ ਬੱਚਿਆਂ ਕੋਲੋਂ ਕਿਰਪਾਨਾਂ ਪਿਸਤੌਲ ਚਾਹੇ ਮਾਰੂ ਹਥਿਆਰ ਸੀਗੇ। ਆਖਿਰਕਾਰ ਕਿੰਨੇ ਹੌਸਲੇ ਬੁਲੰਦ ਹੋ ਗਏ ਆ ਜੀ, ਇੱਕ ਵੱਡਾ ਸਵਾਲ ਹੈ ਕਿ ਬੱਚਿਆਂ ਕੋਲੋਂ ਹਥਿਆਰ ਹੋਣਾ ਜੀ, ਇਹੋ ਜਿਹੇ ਕੋਈ ਚੀਜ਼ ਸਾਹਮਣੇ ਨਹੀਂ ਆਈ। ਦੌਰਾਨੇ ਤਰਤੀ ਜੋ ਵੀ ਹੋਊਗਾ ਸਾਹਮਣੇ ਕਾਰਨ ਕੀ ਇਹਨਾਂ ਦੀ ਕੀ ਕਾਰਨ ਸੀ ਇਹਨਾਂ ਲੜਾਈ ਦਾ? ਹਾਂਜੀ, ਖਤਰੇ ਲੜਾਈ ਦਾ ਕਾਰਨ ਕੀ ਸੀ? ਵੈਸੇ ਬੱਚੇ ਕਿਵੇਂ ਲੜ ਦਿੰਦੇ ਆ, ਬੱਚੇ ਲੜਾਈ ਹੋਈ।